ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੇ ਸਿਧਾਣੇ ਦੇ ਪੇਜ ਬੰਦ ਕਰਤੇ ਬੜਾ ਸਵਾਦ ਆ ਗਿਆ ਬੜਾ ਨਜ਼ਾਰਾ ਆ ਗਿਆ ਲੱਖੇ ਸਿਧਾਣੇ ਦੇ ਪੇਜ ਆ ਜਿਹੜੇ ਉਹ ਬੰਦ ਹੋਣੇ ਚਾਹੀਦੇ ਸੀ ਇਹਦੇ ਸਾਰੇ ਜਿਹੜੇ ਅਕਾਊਂਟ ਆ ਉਹ ਬੰਦ ਹੋਣੇ ਚਾਹੀਦੇ ਸੀ ਕਿਉਂਕਿ ਜਿਹੜਾ ਲੱਖਾ ਸਿੰਘ ਸਿਧਾਣਾ ਇਹ ਤਾਂ ਗੰਦਮੰਦ ਬੋਲਦਾ ਸੀ ਇਹ ਤਾਂ ਬੜਾ ਕੋਈ ਉਲਟ-ਸ਼ੁਲਟ ਵਿਖਾਉਂਦਾ ਸੀਗਾ ਤੇ ਜਿਹੜਾ ਲੱਖਾ ਸਿੰਘ ਸਿਧਾਣਾ ਇਹ ਤਾਂ ਕੋਈ ਜਿਹੜੀ ਕਹਿ ਲੋ ਨਾ ਤਾਂ ਪੰਜਾਬ ਵਾਸਤੇ ਗੱਲ ਕਰਦਾ ਸੀ ਨਾ ਦੇਸ਼ ਵਾਸਤੇ ਗੱਲ ਕਰਦਾ ਸੀ ਨਾ ਕੋਈ ਜਵਾਨੀ ਬਚਾਉਣ ਵਾਸਤੇ ਗੱਲ ਕਰਦਾ ਸੀ ਇਹ ਤਾਂ ਜਿਹੜਾ ਕਹਿ ਲੋ ਕਿ ਜਿਵੇਂ ਜਿਵੇਂ ਟਿਕਟੌਕ ਤੇ ਸੀ ਜਿਵੇਂ ਇੰਸਟਾਗ੍ਰਾਮ ਤੇ ਜਾਂ ਕਈ ਹੋਰ ਕਈ ਇਹੋ ਜਿਹੇ ਜਿਹੜੇ ਕੋਈ ਐਪ ਹੈਗੇ ਆ ਜਿੱਥੇ ਜਿਵੇਂ ਕੋਈ ਵੀਡੀਓ ਬਣਾ ਬਣਾ ਕੇ ਗੰਦ ਮੰਦ ਦਿਖਾਉਂਦੇ ਆ ਇਹ ਉਹ ਚੀਜ਼ਾਂ ਦਿਖਾ ਰਿਆ ਸੀ ਤਾਂ ਇਹਦਾ ਬੰਦ ਕਰਨਾ ਪੇਜ ਬੰਦ ਦਾ ਸੀ ਪਰ ਜਿਹੜਾ ਲੱਖਾ ਸਿੰਘ ਸਿਧਾਨਾ ਉਹਨੇ ਹਮੇਸ਼ਾ ਗੱਲ ਕਾਦੀ ਕੀਤੀ ਆ ਕਿ ਭਾਈ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਜਵਾਨੀ ਤਬਾਹ ਹੋ ਰਹੀ ਆ ਜਿਹੜੀ ਗੱਲ ਕੀਤੀ ਆ ਉਹਨੇ ਗੱਲ ਕੀਤੀ ਆ ਕਿਸਾਨੀ ਦੀ ਕੀਤੀ ਆ ਜੀ ਉਹਨੇ ਗੱਲ ਕੀਤੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਪਰ ਇਸ ਟਾਈਮ ਕੇਂਦਰ ਸਰਕਾਰ ਵੱਲੋਂ ਜਿਵੇਂ ਉਹ ਦੱਸਣ ਦੇ ਮਤਾਬਕ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਔਰ ਜਿਹੜੇ ਫੇਸਬੁੱਕ ਤੋਂ ਜਿੰਨੇ ਅਕਾਊਂਟ ਆ ਉਹ ਸਾਰੇ ਦੇ ਸਾਰੇ ਚੱਕ ਦਿੱਤੇ ਗਏ 2023 ਦੇ ਵਿੱਚ ਮੇਰਾ ਵੀ ਇਹਨਾਂ ਨੇ ਫੇਸਬੁੱਕ ਪੇਜ ਦੀ ਰੀਚ ਜਿਵੇਂ ਕਹਿ ਲਓ ਬੰਦ ਹੀ ਕਰਤਾ ਸੀ ਪਰ ਮੈਂ ਇਹ ਗੱਲ ਕਹਿਣਾ ਹੁੰਨਾ ਕਿ ਬੰਦ ਕੀਤਿਆਂ ਦੇ ਨਾਲ ਤੁਸੀਂ ਇਹਨਾਂ ਦੀ ਜ਼ੁਬਾਨ ਬੰਦ ਨਹੀਂ ਕਰ ਸਕਦੇ ਲੱਖਾ ਸਿੰਘ ਸਿਧਾਣੇ ਦਾ ਤੁਸੀਂ ਪੇਜ ਬੰਦ ਕਰਤਾ ਲੱਖੇ ਸਿੰਘ ਸਿਧਾਣੇ ਦੇ ਸਾਰੇ ਪੇਜ ਆ ਜਿਹੜੇ ਉਹ ਚੱਕ ਦਿੱਤੇ ਗਏ ਕੀ ਗੱਲ ਲੱਖਾ ਸਿੰਘ ਸਿਧਾਣੇ ਦੇ ਨਾਲ ਕੋਈ ਹੋਰ ਕੋਈ ਉਹ ਮੀਡੀਆ ਨਹੀਂ ਜਾਣਦੀ ਉਹਨੂੰ ਜਾਂ মিডিਆ ਤੋਂ ਤੂੰ ਨਹੀਂ ਉਹਦੇ ਗੱਲ ਉਹ ਇੱਕ ਫੋਨ ਮਾਰੇ ਜਾਂ ਇੱਕ ਬਿਆਨ ਦੇਵੇ ਤਾਂ ਉਹ ਸਾਰੇ মিডিਆ ਚੈਨਲ ਚੱਕ ਲੈਂਦੇ ਆ ਪਰ ਗੱਲ ਇੱਥੇ ਇਹ ਆ ਕਿ ਜਿਹੜੇ ਇੱਕ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਉਹ ਜਾ ਕਿ ਜਿਹਦੇ ਤੋਂ ਬੰਦਾ ਕੋਈ ਵੀ ਆਪਦੀ ਗੱਲ ਰੱਖ ਦਿੰਦਾ ਇਸ ਟਾਈਮ ਮੈਂ ਸਰਦਾਰ ਭਗਵੰਤ ਮਾਨ ਜੀ ਨੂੰ ਸਵਾਲ ਇਹ ਕਰਨਾ ਚਾਹੁੰਦਾ ਕਿ ਤੁਸੀਂ ਬੋਲਦੇ ਰਹੇ ਆ ਅਕਸਰ ਕਾਂਗਰਸ ਤੇ ਬੋਲਦੇ ਰਹੇ ਆ ਅਕਾਲੀਆਂ ਤੇ ਬੋਲਦੇ ਰਹੇ ਆ ਭਾਜਪਾ ਤੇ ਵੀ ਤੁਸੀਂ ਬੋਲਦੇ ਆ ਪਰ ਤੁਹਾਡਾ ਕਿਸੇ ਨੇ ਪੇਜ ਨਹੀਂ ਬੰਦ ਕੀਤੇ ਸੀ ਤੁਹਾਡੇ ਅੱਜ ਵੀ ਪੇ ਚੱਲੀ ਜਾਂਦੇ ਆ ਫਿਰ ਮੈਂ ਗੱਲ ਕਰਨੀ ਚਾਹੁੰਦਾ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਦੱਸੋ ਕਿ ਤੁਸੀਂ ਸਾਰਿਆਂ ਤੇ ਬੋਲਦੇ ਆ ਤੁਹਾਡੇ ਚੈਨਲ ਪੇ ਚੱਲੀ ਜਾਂਦੇ ਆ ਇੱਕ ਪਾਸੇ ਅਸੀਂ ਨਾਅਰੇ ਲਾਉਨੇ ਆ ਇੱਕ ਪਾਸੇ ਅਸੀਂ ਲੋਕਤੰਤਰ ਦੀ ਗੱਲ ਰੱਖਣਾ ਚਾਹੁੰਨੇ ਆ ਇਹ ਅਸੀਂ ਕਹਿੰਨੇ ਵੀ ਲੋਕਤੰਤਰ ਆ ਤੇ ਦੂਜੇ ਪਾਸੇ ਅੱਜ ਲੋਕਾਂ ਦੇ ਬਣੇ ਹੋਏ ਪੇਜ ਲੋਕਾਂ ਦੇ ਬਣੇ ਹੋਏ ਜਿਹੜੇ ਪਲੇਟਫਾਰਮ ਤੁਸੀਂ ਉਹ ਚੱਕ ਚੱਕ ਕੇ ਡਿਲੀਟ ਕਰੀ ਜਾਂਦੇ ਆ ਜੇਕਰ ਲੋਕਤੰਤਰ ਦਾ ਘਾਣ ਨਹੀਂ ਤੇ ਹੋਰ ਕੀ ਆ ਤੁਸੀਂ ਡਿਲੀਟ ਕਰੋ ਫੇਸਬੁੱਕ ਤੋਂ ਕਰੋ YouTube ਤੋਂ ਕਰੋ ਪਰ ਉਹਨਾਂ ਚੀਜ਼ਾਂ ਨੂੰ ਤੁਸੀਂ ਬੈਨ ਕਰੋ ਉਹਨਾਂ ਚੀਜ਼ਾਂ ਦੇ ਅਕਾਊਂਟ ਚੱਕੋ ਕਿ ਜਿਹੜੇ ਭਾਈ ਇਸ ਟਾਈਮ ਕੋਈ ਗੰਦ ਮੰਦ ਵਿਖਾਉਂਦੇ ਆ ਲੱਖੇ ਸਿਧਾਣੇ ਦੇ ਜਾਂ ਜਿਹੜੇ ਪੰਜਾਬ ਦੇ ਵਿੱਚ ਬੋਲਣ ਵਾਲੇ ਉਹਨਾਂ ਦੀਆਂ ਰੀਚਾਂ ਡਾਊਨ ਕਰਨੀਆਂ ਪੇਜਾਂ ਦੀਆਂ ਉਹਨਾਂ ਦੇ ਪੇਜ ਬੰਦ ਕਰਨੇ ਇਹਦਾ ਮਤਲਬ ਇਹ ਆ ਕਿ ਸਰਕਾਰ ਚਾਹੁੰਦੀ ਆ ਕਿ ਸਾਡੇ ਕੋਈ ਖਿਲਾਫ ਬੋਲੇ ਹੀ ਨਾ ਤੇ ਤੁਸੀਂ ਕੋਈ ਇਹੋ ਜਿਹਾ ਕੰਮ ਹੀ ਨਾ ਕਰੋ ਤੁਹਾਡੇ ਕੰਮ ਜੇਕਰ ਮੈਂ ਜਿੰਨੇ ਆਰੀ ਵੀ ਸੁਣਦੇ ਆ ਹਰ ਪੰਜਾਬ ਸੁਣਦਾ ਪੰਜਾਬ ਤੋਂ ਬਾਹਰੇ ਸੁਣਦੇ ਆ ਚਾਹੇ ਲੱਖਾ ਸਿੰਘ ਸਦਾਣਾ ਚਾਹੇ ਹੋਰ ਜਿਨ੍ਹਾਂ ਦੀਆਂ ਰੀਚਾਂ ਘਟਾਈਆਂ ਉਹ ਤਾਂ ਗੰਦਮੰਦ ਬੋਲਦੇ ਹੀ ਨਹੀਂਗੇ ਤੇ ਜਿਹੜੇ ਬੋਲਦੇ ਆ ਉਹਨਾਂ ਵੱਲ ਤੁਹਾਡਾ ਧਿਆਨ ਹੀ ਨਹੀਂ ਜਾਂਦਾ ਉਹਨਾਂ ਦਾ ਉਹਨਾਂ ਵੱਲ ਤਾਂ ਕਦੇ ਤੁਸੀਂ ਅੱਖ ਭਰ ਕੇ ਨਹੀਂ ਵੇਖਿਆ ਕਿਉਂਕਿ ਤੁਹਾਨੂੰ ਇਹ ਹੁੰਦਾ ਕਿ ਆਪੇ ਜਿਹੜੀ ਪੰਜਾਬ ਦੀ ਜਨਤਾ ਦੇਸ਼ ਦੀ ਜਨਤਾ ਉਹ ਇਹਨਾਂ ਦੇ ਖਿਲਵੇ ਲੱਗੀ ਰਹੇ ਉਹ ਕਦੇ ਕਿਸੇ ਨੇ ਫੋਟੋ ਪਾਤੀ ਕਦੇ ਕਿਸੇ ਨੇ ਕੁਛ ਕਰਤਾ ਉਹਨਾਂ ਦੇ ਪੇਜਬੰਦ ਨਹੀਂ ਹੋਏ ਪਰ ਜਿਹੜੇ ਪੰਜਾਬ ਦੇ ਪੱਖੀ ਗੱਲਾਂ ਕਰਦੇ ਆ ਉਹਨਾਂ ਦੇ ਪੇਜਬੰਦ ਤੁਸੀਂ ਕਰੀ ਜਾਂਦੇ ਆ ਹੁਣ ਕੁਝ ਲੋਕ ਮੈਨੂੰ ਇਹ ਕਹਿੰਦੇ ਆ ਕਿ ਆਪ ਤੂੰ ਲੱਖੇ ਸਿਧਾਣੇ ਹੋਰਾਂ ਦੇ ਪੱਖ ਚ ਬੋਲ ਦਿੰਦਾ ਕਦੇ ਤੂੰ ਭਾਨੇ ਹੋਰਾਂ ਦੇ ਪੱਖ ਚ ਬੋਲਦਾ ਕਦੇ ਤੂੰ ਇਹਦੇ ਪੱਖ ਚ ਬੋਲਦਾ ਵੀਰ ਮੇਰੋਂ ਮੈਂ ਪੱਖ ਚ ਨਾ ਤਾਂ ਲੱਖੇ ਸਿਧਾਣੇ ਦੇ ਬੋਲ ਰਿਹਾ ਲੱਖਾ ਸਿਧਾਣਾ ਜੇਕਰ ਪੰਜਾਬ ਵਾਸਤੇ ਨਾ ਬੋਲਦਾ ਹੁੰਦਾ ਲੱਖੇ ਦੇ ਨਾਮ ਦੇ ਨਾਲ ਹੋਰ ਕਈ ਮੇਰੇ ਪਿੰਡ ਦੇ ਵਿੱਚ ਲੱਖੇ ਨਾਂ ਦੇ ਕਈ ਬੰਦੇ ਆ ਤੁਹਾਡੇ ਪਿੰਡ ਦੇ ਵਿੱਚ ਕਈ ਲੱਖੇ ਨਾਂ ਦੇ ਬੰਦੇ ਹੋਣਗੇ ਪਰ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੂਗਾ ਚਾਹੇ ਉਹ ਲੱਖਾ ਸਿੰਘ ਸਿਧਾਣਾ ਹੋਵੇ ਚਾਹੇ ਉਹ ਭਾਨਾ ਸਿੱਧੂ ਹੋਵੇ ਚਾਹੇ ਸਾਡੇ ਹੋਰ ਭਰਾ ਹੋਣ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜਾਂਗੇ ਤੇ ਸਾਨੂੰ ਖੜਨਾ ਵੀ ਚਾਹੀਦਾ ਕਾਰਨ ਕੀ ਆ ਕਿ ਨਾਲ ਮੈਂ ਇਹ ਵੀ ਕਹਿ ਦੇਵਾਂ ਕਿ ਕੁਝ ਬਹੁਤ ਸਾਰੇ ਮੇਰੇ ਅਰਗਿਆਂ ਦਾ ਵਿਰੋਧ ਕਰਦੇ ਆ ਮੈਂ ਅੱਗੇ ਵੀ ਕਿਹਾ ਸੀ ਕਿ ਮੈਂ ਨਾਮ ਲੈ ਕੇ ਨਹੀਂ ਕੁਝ ਵੀ ਕਹਿੰਦਾ ਹੁੰਦਾ ਬੜਾ ਕੁਝ ਕਹਿੰਦੇ ਆ ਫਾਜਲ ਕਾਲਾ ਐ ਹੋ ਗਿਆ ਉਹ ਹੋ ਗਿਆ ਕਦੇ ਕਹਿਣਗੇ ਭਾਨਾ ਫਲਾਨਾ ਟਿਉਂਕਾ ਰਫਤਾਰ ਆਏ ਉਹ ਸੁੱਖ ਜਗਰਾਉਂਗਾ ਆਓ ਯਾਰ ਮੰਨ ਲਓ ਤੁਹਾਡੇ ਕਹਿਣ ਦੇ ਮੁਤਾਬਕ ਇਹ ਬੰਦੇ ਮਾੜੇ ਆ ਮੰਨ ਲਿਆ ਮਾੜੇ ਆ ਪਰ ਮੈਂ ਇਹ ਤੁਹਾਨੂੰ ਕਹਿਣਾ ਚਾਹੂੰਗਾ ਕਿ ਜਦੋਂ ਲਖੇ ਸਿਧਾਨੇ ਵਰਗੇ ਜਾਂ ਹੋਰ ਪੰਜਾਬ ਦੇ ਬੋਲਣ ਵਾਲੇ ਬੰਦੇ ਇਹ ਦੱਸਦੇ ਆ ਕਿ ਭਾਈ ਜਦੋਂ ਕੇਸਰੀਵਾਲ ਪੰਜਾਬ ਚ ਆਇਆ ਉਸ ਟਾਈਮ ਤੇ 50 55 ਕਰੋੜ ਰੁਪਇਆ ਮੌੜ ਰੇਲੀ ਤੇ ਖਰਚ ਆਇਆ ਤੁਸੀਂ ਉਸ ਬੰਦੇ ਨੂੰ ਨਹੀਂ ਬੋਲ ਸਕਦੇ ਜਿਹੜੇ ਬੰਦੇ ਨੇ ਪੰਜਾਬ ਦਾ ਪੈਸਾ ਖਰਾਬ ਕੀਤਾ ਉਲਟਾ ਤੁਸੀਂ ਉਹਦੇ ਖਿਲਾਫ ਬੋਲ ਰਹੇ ਆ ਜਿਹੜਾ ਬੰਦਾ ਤੁਹਾਨੂੰ ਦੱਸ ਰਿਹਾ ਇਹ ਯਾਦ ਰੱਖੋ ਗੱਲ ਹੁਣ ਮੈਂ ਗੱਲ ਜਿਹੜੀ ਪੇਜਾਂ ਦੀ ਕਰ ਰਿਹਾ ਸੀ ਇਹ ਭਾਈ ਸਾਹਿਬ ਦਰਅਸਲ ਤੁਹਾਡਾ ਲੋਕਤੰਤਰ ਦਾ ਤੁਸੀਂ ਕਹਾਣ ਕਰੀ ਜਾਂਦੇ ਆ ਤੇ ਲੋਕਾਂ ਦਾ ਜਿਹੜਾ ਬੋਲਣ ਦਾ ਹੱਕ ਆ ਤੁਸੀਂ ਸਿੱਧੇ ਤੌਰ ਤੇ ਬੰਦ ਕਰੀ ਜਾਂਦੇ ਆ ਜਿਹੜਾ ਕਿ ਦਰਸਲ ਗੈਰ ਕਾਨੂੰਨੀ ਕਹੂੰਗਾ ਮੈਂ ਤਾਂ ਯਾਦ ਰੱਖੋ ਕਿ ਲੋਕ ਸਿਰਫ ਤੁਹਾਡੇ ਖਿਲਾਫ ਬੋਲ ਸਕਦੇ ਆ ਹੋਰ ਤਾਂ ਤੁਹਾਡੇ ਕੰਮਾਂ ਦੇ ਖਿਲਾਫ ਤੇ ਤੁਸੀਂ ਉਹ ਵੀ ਹੁਣ ਬੋਲਣ ਨਹੀਂ ਦੇ ਰਹੇ ਐਦੇ ਉੱਤੇ ਲੋਕਾਂ ਦਾ ਹੋਰ ਤਾਂ ਕੋਈ ਹੱਲ ਨਹੀਂ ਰਹਿ ਗਿਆ ਚੁੱਪ ਕਰਕੇ ਜਿਵੇਂ ਤੁਸੀਂ ਜਿਹੜੇ ਥੈਲੇ ਜੇ ਦੇਈ ਜਾਂਦੇ ਆ ਘਰਾਂ ਚ ਰੱਖਣ ਵਾਲੇ ਜੇਕਰ ਤੁਸੀਂ ਉਹਨਾਂ ਤੇ 10-20 ਕਰੋੜ ਰੁਪਈਆ ਖਰਚਾ ਕਰ ਸਕਦੇ ਆ ਕੱਲੇ ਥੈਲਿਆਂ ਤੇ ਆਏ ਸਾਲ ਹੋਇਆ ਕਰਨੇ ਉਹ ਖਰਚਾ ਜਿਹੜਾ ਰਾਸ਼ਨ ਕਾਰਡ ਤੇ ਹੁਣ ਮੈਂ ਵੀ ਇੱਥੇ ਗੱਲ ਦੱਸਣ ਲੱਗਿਆ ਭਗਵਾਨ ਤੁਮਨਸਿਆਂ ਤੈਨੂੰ ਕਿਸੇ ਨੇ ਸਵਾਲ ਨਹੀਂ ਕੀਤਾ ਲੱਖੇ ਸਿਧਾਨੇ ਦੇ ਪੇਜ ਬੰਦ ਹੋਗੇ ਨਾਲ ਤੈਨੂੰ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਜਿਹੜਾ ਤੂੰ ਘਰ ਘਰ ਰਾਸ਼ਨ ਆਟਾ ਪੀ ਕੇ ਦੇ ਰਿਆਂ ਪਹਿਲਾ ਨੰਬਰ ਤਾਂ ਮੈਂ ਇਹ ਕਹਿਣਾ ਵੀ 3 ਕਰੋੜ ਆਬਾਦੀ ਆ ਜੇਕਰ 1 ਕਰੋੜ ਬੰਦੇ ਨੂੰ ਵੀ ਰਾਸ਼ਨ ਦਿੱਤਾ ਜਾਵੇ 1 ਰੁਪਿਆ ਭਈ ਹੁੰਦੀ ਤਾਂ ਕਿੰਨਾ ਹੋ ਗਿਆ ਸੀ 1 ਕਰੋੜ ਹੁਣ 2.5 ਰੁਪਏ ਭਈ ਆ ਤਾਂ ਲਗਭਗ 2.5 ਕਰੋੜ ਰੁਪਿਆ ਬਣ ਗਿਆ ਤੇ ਜਿਹੜਾ ਕਹਿ ਲੋ ਤੁਸੀਂ ਆਪਾਂ ਜਿਹੜਾ ਇੱਕ ਜੀ ਨੂੰ ਕਿੰਨੇ ਦੇਣਾ ਲਗਭਗ 12 ਕਰੋੜ ਰੁਪਇਆ ਜਿਹੜਾ ਕਹਿ ਲੋ ਇੱਕ ਇੱਕ ਕਰੋੜ ਬੰਦੇ ਦਾ ਬਣੂਗਾ 12 ਕਰੋੜ ਰੁਪਇਆ 12 ਕਰੋੜ ਰੁਪਇਆ ਤੇ 12 ਕੋ 12 ਬਾਰੋ ਦੁਨਾ 24 12.5 25 ਕਰੋੜ ਰੁਪਇਆ 2 ਕਰੋੜ ਬੰਦੇ ਨੂੰ ਜਿਹੜਾ ਤੂੰ ਆਟਾ ਪੀ ਕੇ ਦੇਣਾ 25 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਤੇ ਕਰਜ਼ਾ ਚੜਨਾ ਤੇਰੀ ਪਿਹਾਈ ਦਾ ਫੇਰ ਨਾਲ ਮੈਂ ਤੈਨੂੰ ਇਹ ਵੀ ਦੱਸ ਦੇਵਾਂ ਕਿ ਨਾਲ ਤੈਨੂੰ ਇਹ ਦੱਸ ਦੇਵਾਂ ਕਿ ਜਿਹੜਾ ਥੈਲਾ ਲਾਇਆ ਥੈਲਾ ਲਗਭਗ 10 ਰੁਪਈਆ ਦਾ ਇੱਕ ਹੁੰਦਾ ਯਾਦ ਰੱਖੋ ਗੱਲ ਹੋ ਸਕਦਾ ਤੁਹਾਨੂੰ ਸਸਤਾ ਪੈ ਗਿਆ ਹੋਵੇ ਅਕਸਰ ਮੈਂ ਪੁੱਛਦਾ ਹੁੰਨਾ ਮੈਂ ਵੀ ਜਿਹੋ ਜਿਹਾ ਚੰਗਾ ਕੱਪੜਾ ਲੱਗ ਰਿਹਾ ਉਹ 10 ਰੁਪਈਆ ਦਾ ਇੱਕ ਥੈਲਾ ਤੇ ਤੁਸੀਂ 2 ਕਰੋੜ ਲੋਕਾਂ ਨੂੰ ਦੇਣਾ ਜੇਕਰ 1 ਰੁਪਈਆ ਦਾ ਥੈਲਾ ਹੁੰਦਾ ਸੀ ਤਾਂ 2 ਕਰੋੜ ਬਣ ਗਿਆ ਹੁਣ ਉਹ 10 ਰੁਪਈਆ ਦਾ ਤੇ ਉਹ ਤੁਸੀਂ ਕਿੰਨਾ ਬਣ ਗਿਆ 10 ਕਰੋੜ 10 ਦਾ 20 ਕਰੋੜ ਰੁਪਈਆ ਦਾ ਥੈਲਾ 20 ਕਰੋੜ ਰੁਪਈਆ ਦਾ ਥੈਲਾ ਬਣ ਗਿਆ ਉਹ ਜਿਹੜਾ ਕਿ ਤੁਸੀਂ ਆਏ 6 ਮਹੀਨਿਆਂ ਬਾਅਦ ਰਾਸ਼ਨ ਵੰਡੋਗੇ ਤਾਂ 20 ਕਰੋੜ ਰੁਪਏ ਦੇ ਥੈਲੇ ਜਾਇਆ ਕਰਨੇ ਆ ਤੁਸੀਂ ਇਹ ਦੱਸੋ ਕਿ ਭਗਵੰਤ ਮਾਨ ਜੀ ਤੁਹਾਡਾ ਵਿਰੋਧ ਕੋਈ ਕਰ ਕਰੇ ਤੁਹਾਡੇ ਕੰਮਾਂ ਦਾ ਵਿਰੋਧ ਕਰੇ ਤਾਂ ਤੁਸੀਂ ਉਹਨਾਂ ਦੇ ਪੇਜ ਬੰਦ ਕਰਦੇ ਆ ਤੁਸੀਂ ਉਹਨਾਂ ਦੇ ਵਿਰੁੱਧ ਬੋਲਦੇ ਆ ਦੱਸੋ ਇਹ ੱਤਕਾ ਨਹੀਂ ਤੇ ਹੋਰ ਕੀ ਆ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਪੇਜ ਬੰਦ ਨਾ ਕਰੋ ਲੋਕ ਜਿਹੜੇ ਤੁਹਾਡੇ ਕੰਮਾਂ ਦੇ ਖਿਲਾਫ ਬੋਲਦੇ ਆ ਜਾਜ ਖਰੀਦੋ ਜਿਵੇਂ ਕੇਦਰੀਵਾਲ ਨੂੰ ਕਿਰਾਏ ਤੇ ਲੈ ਕੇ ਦਿੱਤਾ ਉਸੇ ਤਰ੍ਹਾਂ ਸਾਰੇ ਪੰਜਾਬ ਤੇ ਕੋਈ ਮੋਨੋ ਸਪਰੇਅ ਕਰਾ ਦੇ ਤੂੰ ਕਿਸਾਨਾਂ ਦਾ ਪੁੱਤ ਆ ਤੈਨੂੰ ਚੰਗੀ ਤਰ੍ਹਾਂ ਉਂਦੀ ਹੋਊਗੀ ਤਾਂ ਕਿ ਤੇਰੇ ਕੋਈ ਖਿਲਾਫ ਬੋਲ ਹੀ ਨਾ ਸਕੇ ਨਾ ਰਊਗੀ ਨਾ ਰਹੂਗਾ ਬਾਸ ਤੇ ਨਾ ਬਜੇਗੀ ਬਾਂਸਰੀਓ ਜਿਵੇਂ ਘਾਰਤ ਸੀਗੀ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਭਗਵਾਨ ਤੁਮਾਨ ਜੀ ਕਿ ਇਹ ਦਰਅਸਲ ੱੱਕਾ ਲੋਕ ਜਿਹੜੇ ਬੋਲਣ ਵਾਲੇ ਆ ਉਹਨਾਂ ਦੇ ਪੇਜ ਬੰਦ ਹੋਣੇ ਸਿੱਧੇ ਤੌਰ ਤੇ ਲੋਕਤੰਤਰ ਦਾ ਕਹਾਣਾ ਤੁਹਾਡੇ ਕੰਮ ਵੇਖੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਆ ਕਰੋੜਾ ਰੁਪਿਆ ਜਿਹੜਾ ਲੱਗ ਰਿਹਾ ਇਹ ਖਰਾਬ ਹੋ ਰਿਹਾ ਤਾਂ ਮੈਂ ਤਾਂ ਇਹ ਕਹਿੰਦਾ ਤੁਸੀਂ ਲੋਕਾਂ ਨੂੰ ਘਰ-ਘਰ ਰੋਜ਼ਗਾਰ ਦਿਓ ਪਰ ਨਾ ਤਾਂ ਲੋਕ ਰੋਜ਼ਗਾਰ ਵੱਲ ਭੱਜ ਰਹੇ ਆ ਤੇ ਨਾ ਨਾ ਤੁਸੀਂ ਉਹਨਾਂ ਨੂੰ ਭਜਵਾ ਰਹੇ ਆ ਤੁਸੀਂ ਬਸ ਸਿੱਧੇ ਤੌਰ ਤੇ ਜੋ ਕਹਿ ਰਹੇ ਆ ਉਹੀ ਚੀਜ਼ਾਂ ਜੇ ਲੋਕਾਂ ਨੂੰ ਜਗਾ ਰਹੇ ਆ ਤੁਸੀਂ ਲੋਕਾਂ ਦੇ ਪੇਜਾਂ ਦੀਆਂ ਰੀਚਾਂ ਘਟਾ ਰਹੇ ਆ ਬੰਦ ਕਰ ਰਹੇ ਆ ਐਦੋਂ ਉੱਤੇ ਹਿਟਲਰ ਵਾਲਾ ਰਾਜ ਮੈਂ ਨਹੀਂ ਕਹੂੰਗਾ ਵੀ ਹਿਟਲਰ ਵੀ ਕੋਈ ਮਾੜਾ ਮੋਟਾ ਕੋ ਚੰਗਾ ਹੋਊਗਾ ਕਿੰਗ ਜੌਨ 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 ਹੀ ਸੀ ਨਾ ਕਿੰਗ ਜੌਨ ਕਿੰਗ ਜੌਨ ਇਹ ਬੇਨਤੀ ਆ ਸਮਝੋ ਮਾੜਾ ਮੋਟਾ ਇੰਨਾ ਜ਼ੁਲਮ ਨਾ ਢਾਓ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਕੁਝ ਗਲਤ ਬੋਲਿਆ ਹੋਵੇ ਉਹਦੇ ਹਾਸਤੇ ਮਾਫੀ ਚਾਹੁੰਦਾ